ਕਦਰ ਨਬੀ ਦਾ ਐ ਕੀ ਜਾਨਨ ਦੁਨੀਆਦਾਰ ਕਮੀਨੇ ਕਦਰ ਨਬੀ ਦਾ ਐ ਕੀ ਜਾਨਨ ਦੁਨੀਆਦਾਰ ਕਮੀਨੇ ਕਦਰ ਨਬੀ ਦਾ ਜਾਨਨ ਵਾਲੇ ਸੌਂਗੇ ਵਿੱਚ ਮਦੀਨੇ ਉਹ ਕਦਰ ਘਟਾਵਨ ਨਾ ਸ਼ਰਮਾਵਨ ਸ਼ਰਮਾ ਦੂਰ ਹਟਾਈਆਂ ਮਹਿਸ਼ਰ ਦੇ ਦਿਨ ਬੇਕਦਰਾਂ ਨੂੰ ਭੁੱਲ ਜਾਵਨ ਵਡਿਆਈਆਂ ਓਏ ਉਸ ਦਿਨ ਆਕੜ ਤੇ ਮਗਰੂਰੀ ਨਿਕਲ ਜਾਵੇਗੀ ਤੇਰੀ ਜਦੋਂ ਕਿ ਆ ਮੁਹੰਮਦ ਸਰਵਰ ਐਨੀ ਉਮਤ ਮੇਰੀ ਔਜ਼ ਬਿੱਲਾਹ ਮਿਨਸ਼ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਦੋਸਤੋ ਅਤੇ ਮੇਰੇ ਇਸਲਾਮੀ ਭੈਣ ਭਰਾਓ ਅੱਜ ਤੁਹਾਨੂੰ ਮੈਂ ਇੱਕ ਐਸਾ ਵਜ਼ੀਫਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਤੁਹਾਨੂੰ ਦੱਸਣ ਲੱਗਾ ਬੜਾ ਸਾਦਾ ਜਿਹਾ ਵਜ਼ੀਫਾ ਜਿਸ ਕੋਈ ਘਰੋਂ ਕੋਈ ਬੱਚਾ ਭੱਜ ਗਿਆ ਹੋਵੇ ਕੋਈ ਨੂਰ ਉਸਦੇ ਘਰੋਂ ਗਈ ਚਲੀ ਹੋਵੇ ਵਾਲਦ ਸਾਹਿਬ ਕਿਤੋਂ ਚਲਾ ਗਿਆ ਹੋਵੇ ਕੋਈ ਭਰਾ ਕੇ ਚਲਾ ਗਿਆ ਰੁਸ ਕੇ ਚਲਾ ਗਿਆ ਵਾਪਸ ਨਾ ਆਉਂਦਾ ਹੋਵੇ ਉਹਨੂੰ ਵਾਪਸ ਬੁਲਾਉਣ ਦਾ ਅੱਜ ਤੁਹਾਨੂੰ ਮੈਂ ਕੰਮ ਦੱਸਣ ਲੱਗਾ 313 ਦਫ਼ਾ ਪੜ੍ਹਨਾ ਅਮਲ ਨੂੰ ਰਾਤ ਦੀ ਇਸ਼ਾ ਦੀ ਨਮਾਜ਼ ਪੜ੍ਹ ਕੇ 313 ਦਫ਼ਾ ਇਸ ਅਮਲ ਪੜ੍ਹਨਾ ਜਿਹੜਾ ਤੁਹਾਨੂੰ ਪੜ੍ਹ ਕੇ ਦੱਸਣਾ ਅਤੇ ਇਨਸ਼ਾਅੱਲਾ 14 ਦਿਨ ਤੁਸੀਂ ਇਹਨੂੰ ਲਗਾਤਾਰ ਪੜ੍ਹਨਾ 14 ਤੋਂ 21 ਦਿਨ ਤੱਕ ਉਹ ਬੰਦਾ ਆਏਗਾ ਤੁਹਾਡੇ ਕੋਲ ਵਾਪਸ ਆ ਜਾਏਗਾ ਬੱਚੀ ਹੋਵੇ ਬੱਚਾ ਜਿਸ ਤਰ੍ਹਾਂ ਵੀ ਰੁਸ ਕੇ ਬੈਠਾ ਹੋਵੇ ਜਿੱਥੇ ਵੀ ਗਿਆ ਉਹ ਆਏਗਾ ਇਨਸ਼ਾਅੱਲਾ ਵਾਪਸ ਅਤੇ ਇਹ ਤੁਹਾਨੂੰ ਮੈਂ ਪੜ੍ਹ ਕੇ ਦੱਸ ਦੇਣਾ ਅਤੇ ਫਿਰ ਤੁਸੀਂ ਇਸ ਤਰ੍ਹਾਂ ਪੜ੍ਹੋ ਅਤੇ ਫਿਰ ਤੁਸੀਂ ਇਹਦਾ ਫਾਇਦਾ ਲਵੋ ਅਤੇ ਬਾਬੇ ਆਬਦ ਨੂੰ ਫਿਰ ਦਵਾ ਦੇਣਾ ਪੜ੍ਹਨਾ ਕੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਲਾ ਇਲਾ ਦੀ ਕਮਾਨ ਇਲਾ ਦਾ ਤੀਰ ਜਾਏ ਕਲੇਜਾ ਚੀਰ ਆਏ ਤਾਂ ਛੁੱਟੇ ਨਹੀਂ ਤਾਂ ਕਲੇਜਾ ਫਟੇ ਦੋਸਤੋ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਓ ਕੋਈ ਬੱਚਾ ਘਰੋਂ ਭੱਜ ਗਿਆ ਹੋਵੇ ਬੱਚੀ ਘਰੋਂ ਰੁਸ ਕੇ ਕਿਤੇ ਚਲੀ ਗਈ ਹੋਵੇ ਨਾ ਆਉਂਦੀ ਹੋਵੇ ਖਾਸ ਤੌਰ 'ਤੇ ਜਿਹੜੇ ਸ਼ੋਹਰ ਹੈਗੇ ਨੇ ਨਾ ਆਪਣੀ ਬੀਵੀਆਂ ਲਈ ਕਰ ਸਕਦੇ ਨੇ ਬੀਵੀ ਰੁਸ ਕੇ ਘਰ ਚਲੀ ਗਈ ਉਹਦੇ ਸ਼ੋਹਰ ਨੂੰ ਚਾਹੀਦਾ ਉਹਦੇ ਬੰਦੇ ਨੂੰ ਚਾਹੀਦਾ ਰਾਤ ਨੂੰ ਇਸ਼ਾ ਦੀ ਨਮਾਜ਼ ਤੋਂ ਬਾਅਦ ਬੈਠ ਕੇ 313 ਦਫ਼ਾ 14 ਦਿਨ ਲਗਾਤਾਰ ਇਹਨੂੰ ਪੜ੍ਹੇ ਕੀ ਪੜ੍ਹਨਾ ਲਾ ਇਲਾ ਦੀ ਕਮਾਨ ਇਲਾ ਦਾ ਤੀਰ ਜਾਏ ਕਲੇਜਾ ਚੀਰ ਆਏ ਤਾਂ ਛੁੱਟੇ ਨਹੀਂ ਤਾਂ ਕਲੇਜਾ ਫਟੇ ਲੈ ਦੋਸਤੋ ਇਹਨੂੰ ਪੜ੍ਹੋ ਅਤੇ ਫਿਰ ਬਾਬੇ ਆਬਦ ਨੂੰ ਦੁਆਵਾਂ ਯਾਦ ਰੱਖਣਾ ਅੱਛਾ ਜੀ ਅਸਲਾਮ ਅਲੈਕੁਮ